ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਪਾਲ ਸਿੰਘ ਲਾਲੀ ਗੁਰਦਾਸਪੁਰ ਤੋਂ। ਹਾਂਜੀ, ਮੈਂ ਸਾਜਿਦ ਬੁਖਾਰੀ ਟੋਬਾ ਟੇਕ ਸਿੰਘ ਤੋਂ। ਮੈਂ ਵਹਾਬ ਜਗਰਾ ਜ਼ਿਲ੍ਹਾ ਗੁਜਰਾਤ ਤੋਂ। ਲਓ ਜੀ ਵੀਰੋ, ਇੱਕ ਲਹਿੰਦੇ ਪੰਜਾਬ 'ਚ ਇੱਕ ਹੋਰ ਨਵਾਂ ਗਾਣਾ ਆ ਗਿਆ, ਮੇਰੇ ਵੀਰ ਫਰੀਦ ਖਾਨ ਨੇ ਗਾਇਆ। ਗਾਣੇ ਦਾ ਨਾਂ ਇੱਕੋ ਪੰਜਾਬ। ਇੱਕੋ ਪੰਜਾਬ, ਬਹੁਤ ਵਧੀਆ ਸੁਨੇਹਾ ਦਿੱਤਾ ਵੀਰਾਂ ਨੇ। ਹਾਂਜੀ, ਬਹੁਤ ਵਧੀਆ, ਚੜ੍ਹਦੇ ਪੰਜਾਬ ਵਾਸਤੇ, ਕਿਸਾਨਾਂ ਦੀ ਸਪੋਰਟ ਵਾਸਤੇ ਇਹਨਾਂ ਨੇ ਕੱਢਿਆ। ਨਾ ਸਿਰ ਕਿਸਾਨਾਂ ਉਹਨਾਂ ਦਾ ਗਾਣਾ ਇਹ, ਅਤੇ ਬਸ ਇਹ ਮੁਹੱਬਤ ਪਿਆਰ ਦਾ ਪੈਗਾਮ ਹੈ, ਅਤੇ ਹਰ ਬੰਦਾ ਆਪਣੇ ਤੌਰ 'ਤੇ ਸਪੋਰਟ ਕਰ ਰਿਹਾ, ਲਹਿੰਦੇ ਪੰਜਾਬ ਤੋਂ ਪੂਰਾ ਪਿਆਰ ਮਿਲ ਰਿਹਾ। ਇਹਨਾਂ ਦਾ ਓਰਿਜਨਲ ਲਿੰਕ ਜਿਹੜਾ ਡਿਸਕ੍ਰਿਪਸ਼ਨ 'ਚ ਅਸੀਂ ਦਿੱਤਾ ਹੋਇਆ ਗਾਣੇ ਦਾ, ਅਤੇ ਇਹਨਾਂ ਦੇ ਚੈਨਲ ਦਾ, ਅਤੇ ਉੱਥੋਂ ਜਾ ਕੇ ਓਰਿਜਨਲ ਗਾਣੇ ਨੂੰ ਵੀ ਸੁਣੋ। ਲਹਿੰਦੇ ਪੰਜਾਬ ਤੋਂ ਬਹੁਤ ਜ਼ਿਆਦਾ ਸਪੋਰਟ ਮਿਲ ਰਹੀ ਸਾਨੂੰ ਗੀਤਾਂ ਰਾਹੀਂ, ਉਹ ਬਹੁਤ ਸਪੋਰਟ ਕਰ ਰਹੇ ਵੀਰ ਸਾਡੇ, ਇਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਆਪਾਂ, ਧੰਨਵਾਦ ਕਰਦੇ ਹਾਂ ਬਹੁਤ। ਲਓ ਜੀ ਵੀਰੋ, ਆਜੋ ਪਹਿਲਾਂ ਗੀਤ ਸੁਣਦੇ ਹਾਂ, ਇਹ ਤੋਂ ਬਾਅਦ ਫਿਰ ਬਾਕੀ ਗੱਲ ਸਾਰੀ ਕਰਦੇ ਹਾਂ ਆਪਾਂ। ਧੱਕੇਸ਼ਾਹੀ ਤਾਂ ਬੋਲਦੇ ਜੀ, ਇਹਨਾਂ ਵੀਰਾਂ ਦਾ ਇੰਨਾ ਬਹੁਤ ਹੌਸਲਾ, ਗੀਤਾਂ ਰਾਹੀਂ ਸੁਨੇਹਾ ਦੇਣ ਦੇ ਸਾਨੂੰ ਹੌਸਲਾ ਵਾ, ਬਹੁਤ ਜ਼ਿਆਦਾ ਕਰ ਰਹੇ ਆ। ਪੜ੍ਹਦਾ ਲਹਿੰਦਾ ਪੰਜਾਬ ਇੱਕੋ, ਇਸ ਤਰ੍ਹਾਂ ਕਿ ਜ਼ਬਾਨ ਇੱਕ, ਪਹਿਲੇ ਪੁਰਾਣੇ ਦੌਰ ਤੋਂ ਇਕੱਠੇ ਰਹਿੰਦੇ ਆਏ, ਇਸ ਵਜ੍ਹਾ ਤੋਂ ਇੱਕ ਪਾਸੇ ਨੂੰ ਜਦੋਂ ਤਕਲੀਫ ਪਹੁੰਚਦੀ ਹੈ, ਦੂਜੇ ਨੂੰ ਦੁੱਖ ਹੁੰਦਾ ਨਾਲ ਫਿਰ। ਗ੍ਰੇਟ ਜੀ, ਗ੍ਰੇਟ, ਟੌਰ ਕੱਢਤੀ ਪੂਰੀ, ਟੌਰ ਕੱਢਤੀ ਵੀਰਾਂ ਨੇ, ਬਹੁਤ ਵਧੀਆ ਸਵਾਲ ਲਿਆਤਾ ਇੱਕ ਨਾਲ। ਹਾਂਜੀ, ਜਿਹੜਾ ਗੀਤ ਤੁਸੀਂ ਸੁਣਿਆ ਫਰੀਦ ਖਾਨ ਉਹਨਾਂ ਦਾ, ਅਤੇ ਇਹ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਸਾਰੇ ਵੀਰ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਅਤੇ ਨਾਲ ਲਾਈਕ ਕਰੋ, ਲਾਈਕ ਕਰੋ, ਅਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ, ਅਤੇ ਨਾਲ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਨਾਲ ਲਾਈਕ ਕਰੋ। ਲਓ ਜੀ, ਆਪਣੇ ਚੜ੍ਹਦੇ ਪੰਜਾਬ ਗੁਰਦਾਸਪੁਰ ਤੋਂ ਇੱਕ ਸਾਡੇ ਮਿੱਤਰ ਵੀਰ ਜਿਹੜੇ ਆ ਜਸਵਿੰਦਰ ਸਿੰਘ ਜੈਸ, ਉਹਨਾਂ ਨੇ ਆਪਣਾ ਧਰਨੇ ਦੇ ਬਾਰੇ 'ਚ ਜਿਹੜਾ ਚੱਲ ਰਿਹਾ ਵਿਰੋਧ ਕਿਸਾਨੀ ਕਾਨੂੰਨ ਦੇ ਖਿਲਾਫ ਦਿੱਲੀ 'ਚ, ਉਹਦੇ ਵਾਸਤੇ ਆਪਣਾ ਬਹੁਤ ਵਧੀਆ ਪੈਗਾਮ ਭੇਜਿਆ ਇਸ ਗਾਣੇ ਨਾਲ ਰਿਲੇਟਡ, ਆਪਣਾ ਜਿਹੜਾ ਇੱਕੋ ਪੰਜਾਬ, ਇਹਨੂੰ ਸੁਣ ਕੇ ਉਹਨਾਂ ਨੇ ਆਪਣੇ ਜਿਹੜੇ ਖਿਆਲਾਂ ਦਾ ਇਜ਼ਹਾਰ ਕੀਤਾ, ਅਤੇ ਉਹਨੂੰ ਰਲ ਕੇ ਆਪਾਂ ਉਹਨਾਂ ਦੇ ਸੁਨੇਹ ਨੂੰ ਦੇਖਦੇ ਹਾਂ ਇਕੱਠੇ, ਉਹ ਤੋਂ ਬਾਅਦ ਫਿਰ ਦੁਬਾਰਾ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਮੇਰੇ ਵੱਲੋਂ ਮੇਰੇ ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਵਿੰਦਰ ਸਿੰਘ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ। ਅੱਜ ਅਸੀਂ ਜਿਸ ਵਿਸ਼ੇ 'ਤੇ ਗੱਲ ਕਰਨ ਲੱਗੇ ਹਾਂ, ਉਹ ਵਿਸ਼ਾ ਹੈ ਜੀ ਕਿਸਾਨਾਂ ਦੇ ਸੰਘਰਸ਼ ਦੇ ਬਾਰੇ। ਅੱਜ ਜਿਸ ਤਰ੍ਹਾਂ ਸਾਡੇ ਬਜ਼ੁਰਗ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ ਦੇ ਸਾਡੇ ਭਰਾ ਆਪਣੇ ਹੱਕਾਂ ਦੀ ਖਾਤਰ ਦਿੱਲੀ ਬਾਰਡਰ ਦੇ ਉੱਤੇ ਡਟੇ ਹੋਏ ਨੇ, ਉਹਨਾਂ ਦੇ ਇਸ ਸੰਘਰਸ਼ ਨੂੰ ਸਾਰੀ ਦੁਨੀਆ ਦੇਖ ਰਹੀ ਹੈ, ਉਹਨਾਂ ਦੇ ਹੱਕ ਦੀ ਖਾਤਰ ਸਾਰੀ ਦੁਨੀਆ ਦੇ ਵਿੱਚੋਂ ਪਿਆਰ ਭਰੇ ਸੁਨੇਹੇ ਵੀ ਆ ਰਹੇ ਹਨ। ਇਸੇ ਤਰ੍ਹਾਂ ਦਾ ਇੱਕ ਸੁਨੇਹਾ ਸਾਡੇ ਲਹਿੰਦੇ ਪੰਜਾਬ ਦੇ ਵਿੱਚੋਂ ਸਾਡੇ ਕਬੀਰ ਫਰੀਦ ਖਾਨ ਨੇ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਹੈ, ਜਿਸ ਦਾ ਨਾਮ ਹੈ ਇੱਕੋ ਪੰਜਾਬ। ਜਿਸ ਤਰ੍ਹਾਂ ਉਹਨਾਂ ਨੇ ਸਾਡਾ ਇਸ ਸੰਘਰਸ਼ ਦੇ ਵਿੱਚ ਸਾਥ ਦਿੱਤਾ ਅਤੇ ਆਪਣੇ ਪਿਆਰ ਦੇ ਸੁਨੇਹੇ ਭੇਜੇ ਹਨ, ਸਾਡੇ ਵੱਲੋਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਹੈ, ਅਤੇ ਸਾਡੇ ਕਿਸਾਨ ਸੰਘਰਸ਼ ਨੂੰ ਇਸੇ ਤਰ੍ਹਾਂ ਜਿਹੜੇ ਸੁਨੇਹੇ ਮਿਲ ਰਹੇ ਹਨ ਪਿਆਰ ਭਰੇ ਸਾਰੀ ਦੁਨੀਆ ਦੇ ਵਿੱਚੋਂ, ਅਸੀਂ ਉਹਨਾਂ ਸਾਰਿਆਂ ਦੇ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ। ਅਤੇ ਅਸੀਂ ਇੱਕ ਅਪੀਲ ਆਪਣੀ ਸਰਕਾਰ ਨੂੰ ਵੀ ਕਰਨੀ ਚਾਹੁੰਦੇ ਹਾਂ ਕਿ ਇਹ ਜਿਹੜੇ ਤਿੰਨ ਕਾਨੂੰਨ ਪਾਸ ਕੀਤੇ ਹਨ, ਉਹਨਾਂ ਤਿੰਨ ਕਾਨੂੰਨਾਂ ਨੂੰ ਛੇਤੀ ਤੋਂ ਛੇਤੀ ਰੱਦ ਕੀਤਾ ਜਾਵੇ, ਤਾਂ ਕਿ ਸਾਡੇ ਬਜ਼ੁਰਗ ਅਤੇ ਸਾਡੀਆਂ ਮਾਵਾਂ, ਸਾਡੇ ਭੈਣਾਂ ਅਤੇ ਸਾਡੇ ਭਰਾ ਆਪਣੇ ਘਰ ਵਾਪਸ ਆ ਸਕਣ। ਅੱਜ ਇੰਨੀ ਠੰਡ ਦੇ ਵਿੱਚ ਜਿੱਥੇ ਅਸੀਂ ਇੱਕ ਰਾਤ ਆਪਣੇ ਘਰ ਨਹੀਂ ਕੱਢ ਸਕਦੇ, ਸਾਡੇ ਬਜ਼ੁਰਗ ਕਈ ਦਿਨਾਂ ਤੋਂ ਉੱਥੇ ਸੰਘਰਸ਼ ਕਰ ਰਹੇ ਹਨ, ਇਸ ਲਈ ਜਿੰਨੀ ਛੇਤੀ ਹੋ ਸਕੇ ਇਹ ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਕਰੇ, ਤਾਂ ਕਿ ਸਾਡੇ ਭਰਾ ਸਾਡੇ ਘਰ ਵਾਪਸ ਆ ਸਕਣ। ਜੈ ਜਵਾਨ, ਜੈ ਕਿਸਾਨ, ਪੰਜਾਬ ਜਿੰਦਾਬਾਦ। ਇਸ ਜਿਹੜਾ ਚੱਲ ਰਿਹਾ ਧਰਨਾ ਅਤੇ ਵਿਰੋਧ ਜਿਹੜਾ ਹੋ ਰਿਹਾ ਇਹ, ਛੋਟੇ ਛੋਟੇ ਬੱਚਿਆਂ ਨੇ ਵੀ ਸਾਨੂੰ ਮੈਸੇਜ ਭੇਜੇ, ਅਤੇ ਉਹ ਵੀ ਅਸੀਂ ਸ਼ਾਮਿਲ ਕਰਦੇ ਹਾਂ, ਸੁਣਦੇ ਹਾਂ, ਉਹ ਵੀ ਤੁਹਾਨੂੰ ਨਾਲ ਸ਼ੇਅਰ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਈ ਨੇਮ ਇਜ਼ ਪ੍ਰਭ ਸੁਨਰ ਸਿੰਘ, ਆਈ ਐਮ ਫਰੋਮ ਗੁਰਦਾਸਪੁਰ, ਆਈ ਸਪੋਰਟ ਫਾਰਮਰ। ਜੈ ਜਵਾਨ, ਜੈ ਕਿਸਾਨ, ਪੰਜਾਬ ਜਿੰਦਾਬਾਦ, ਜਿੰਦਾਬਾਦ। ਵਾਹ ਜੀ, ਪ੍ਰਭ ਸਿਮਰਨ, ਜਿਹੜਾ ਪ੍ਰਭ ਇਹਨਾਂ ਦਾ ਨਾਂ ਗੁਰਦਾਸਪੁਰ ਤੋਂ ਬੱਚੇ ਦਾ ਥੱਲੇ, ਉਹਨਾਂ ਨੇ ਬਹੁਤ ਵਧੀਆ ਜਿਹੜਾ ਸਪੋਰਟ ਦੇ ਵਿੱਚ ਆਪਣੇ ਜਿਹੜੇ ਇਜ਼ਹਾਰ ਕੀਤਾ, ਸੁਣਿਆ ਤੁਸੀਂ, ਬਹੁਤ ਵਧੀਆ। ਉਸ ਤੋਂ ਬਾਅਦ ਦੂਸਰਾ ਮੈਸੇਜ ਤੁਹਾਨੂੰ ਸੁਣਾਉਣੇ ਬੱਚਿਆਂ ਦਾ। ਅਸਲਾਮ ਅਲੈਕਮ, ਮਾਈ ਨੇਮ ਇਜ਼ ਬਾਸਿਦ ਅਲੀਸ਼ਾ ਬੁਖਾਰੀ, ਮਾਈ ਨੇਮ ਇਜ਼ ਮਜੀ ਅਲੀਸ਼ਾ ਬੁਖਾਰੀ, ਵੀ ਆਰ ਸਨ ਆਫ ਸਾਚਿਤ ਅਲੀਸ਼ਾ ਬੁਖਾਰੀ, ਵੀ ਆਰ ਲਿਵਿੰਗ ਇਨ ਕੈਂਬੋਡੀਆ, ਵੀ ਆਰ ਹੈਵ ਟੂ ਵਿਜ਼ਿਟਡ ਇਨ ਪਾਕਿਸਤਾਨ, ਪੰਜਾਬ ਟੂ ਪ੍ਰੋਟੈਕਟ ਸੀ, ਆਈ ਲਵ ਪੰਜਾਬ, ਆਈ ਲਵ ਪੰਜਾਬ, ਪੰਜਾਬ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਕਿਸਾਨ ਏਕਤਾ ਜਿੰਦਾਬਾਦ, ਜੈ ਜਵਾਨ, ਜੈ ਕਿਸਾਨ। ਹਾਂਜੀ, ਤਮਾਮ ਵੀਰ ਤੇ ਦੋਸਤ ਚੜ੍ਹਦੇ ਲਹਿੰਦੇ ਪੰਜਾਬ ਤੋਂ ਹੋਣ ਜਾਂ ਕੈਨੇਡਾ, ਅਮਰੀਕਾ, ਇੰਗਲੈਂਡ, ਜਿੱਥੇ ਵੀ ਬੈਠੇ ਪੂਰੀ ਦੁਨੀਆ 'ਚ, ਆਪਣੇ ਆਪਣੇ ਵੀਡੀਓ ਪੈਗਾਮ, ਛੋਟੇ ਛੋਟੇ 30-30 ਸਕਿੰਟ ਦੇ, ਕਿਸਾਨਾਂ ਦੀ ਸਪੋਰਟ ਦੇ ਬਾਰੇ 'ਚ ਅਤੇ ਸਾਂਝੇ ਪੰਜਾਬ ਦੇ, ਇੱਕੋ ਪੰਜਾਬ ਦੇ ਬਾਰੇ 'ਚ ਪਿਆਰ ਮੁਹੱਬਤ ਦੇ ਸੁਨੇਹੇ ਜਿਹੜੇ ਆ ਉਹ ਰਿਕਾਰਡ ਕਰਕੇ ਸਾਨੂੰ ਵਟਸਐਪ ਕਰੋ, ਐਂਦਾ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਉਹਨਾਂ ਨੂੰ ਸ਼ਾਮਿਲ ਕਰਾਂਗੇ, ਵੱਧ ਤੋਂ ਵੱਧ ਜਿੰਨੇ ਸ਼ਾਮਿਲ ਕਰ ਸਕੇ।
इस तरह एक प्यार मुहब्बत का स्नेह का सिलसिला जारी हो जाएगा। तो असं इंतजार करांगे, वट्सअप नंबर थोड़ी स्क्रीन पर चल रहा है, ये लिख लो तो अपने स्नेह वध तो वध भेजो। बहुत शुक्रिया देखने का, मेहरबानी सारे दोस्तों की, धन्यवाद सारे का जी जी। तो मिलते हैं अगली वीडियो, दाफिज, रब राखा जी, सत श्री अकाल जी, सलामुअलैकुम।